ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੀਰੀ ਫਕੀਰੀ ਨੂਰ ਵਿੱਚ ਸਾਡੇ ਚੈਨਲ ਨਾਲ ਜੁੜੀਆਂ ਸਾਰੀਆਂ ਰੂਹਾਂ ਨੂੰ ਜੈ ਪੀਰਾਂ ਫਕੀਰਾਂ ਗੁਰੂਆਂ ਦੇਵੀ ਦੇਵਤਿਆਂ ਦੀ ਜੈ ਸੋਹਣੇ ਰੱਬ ਦੀ ਸਦਾ ਹੀ ਜੈ ਅੱਜ ਦੀ ਵੀਡੀਓ ਵਿੱਚ ਅਸੀਂ ਲੈ ਕੇ ਆਏ ਹਾਂ ਪੈਗਾਮ-ਏ-11ਵੀਂ ਸ਼ਰੀਫ 11ਵੀਂ ਵਾਲੀ ਸੱਚੀ ਸਰਕਾਰ ਗੋਸਪਾਕ ਗੋਸੇ ਆਜ਼ਮ ਦਸਤਗੀਰ ਅਬਦੁਲ ਕਾਦਰ ਸ਼ਾਹ ਜ਼ਿਲਾਨੀ ਕਤਬ ਸਮਦਾਨੀ ਪੀਰਾਂ ਦੇ ਪੀਰ ਮਹਿਬੂਬੇ ਲਾਹੀ ਵਲੀਆਂ ਦੇ ਵਲੀ ਪੀਰ ਉਸ پاک ਸਰਕਾਰ ਦੀ 11ਵੀਂ ਆ ਗਈ ਹੈ ਆਪ ਸਭ ਨੂੰ 11ਵੀਂ ਸ਼ਰੀਫ ਮੁਬਾਰਕ ਹੋਵੇ ਉਣ ਵਾਲੀ 11ਵੀਂ ਸ਼ਰੀਫ 5 ਜਨਵਰੀ ਦਿਨ ਵੀਰਵਾਰ ਨੂੰ ਹੈ ਉਣ ਵਾਲੀ 5 ਜਨਵਰੀ ਦਿਨ ਵੀਰਵਾਰ 2023 ਜੋ ਨਵਾਂ ਸਾਲ ਸ਼ੁਰੂ ਹੋਣਾ ਹੈ 2023 ਇਸ ਸਾਲ ਦੀ ਇਹ ਪਹਿਲੀ 11ਵਾਂ ਸ਼ਰੀਫ ਹੈ ਔਣ ਵਾਲਾ ਵੀਰਵਾਰ ਇੱਕ ਪੀਰਾਂ ਦਾ ਦਿਨ ਹੈ ਔਰ ਜੋ ਜਨਵਰੀ ਸਾਲ ਦਾ ਪਹਿਲਾ ਮਹੀਨਾ ਹੈ ਸਾਲ ਦੀ ਸ਼ੁਰੂਆਤ ਹੁੰਦੀ ਹੈ ਸਾਲ ਦੇ ਪਹਿਲੇ ਮਹੀਨੇ 5 ਤਰੀਕ 5 ਜਨਵਰੀ ਨੂੰ 11ਵਾਂ ਸ਼ਰੀਫ ਹੈ ਇਸ ਸਾਲ ਤੁਸੀਂ 11ਵਾਂ ਸ਼ਰੀਫ ਦਾ ਖਤਮ ਵੀ ਦਿਵਾਓ ਔਰ ਨਵੇਂ ਸਾਲ ਲਈ ਆਪਣੀ ਮਨੋ ਕਾਮਨਾ ਮੰਗੋ ਪੀਰਾਂ ਫਕੀਰਾਂ ਨੂੰ ਦੁਆਵਾਂ ਅਰਦਾਸਾਂ ਕਰੋ ਕਿ ਆਉਣ ਵਾਲਾ ਨਵਾਂ ਸਾਲ ਆਪ ਸਭ ਲਈ ਖੁਸ਼ੀਆਂ ਬਰਕਤਾਂ ਤੰਦਰੁਸਤੀ ਲੈ ਕੇ ਆਵੇ ਤਰੱਕੀ ਲੈ ਕੇ ਆਵੇ ਤੁਹਾਡੇ ਕੰਮ ਕਾਰ ਕਾਰੋਬਾਰ ਦੇ ਨਵੇਂ-ਨਵੇਂ ਰਸਤੇ ਖੁੱਲਣ ਆਪਣੇ ਪੀਰਾਂ ਫਕੀਰਾਂ ਨੂੰ ਪੰਜ ਤਨ ਪਾਕ ਨੂੰ 11ਵੀਂ ਵਾਲੀ ਸੱਚੀ ਸਰਕਾਰ ਗੋਸ ਪਾਕ ਨੂੰ ਇਹ ਯਾਦ ਕਰਕੇ 5 ਜਨਵਰੀ ਦਿਨ ਵੀਰਵਾਰ 11ਵੀਂ ਸ਼ਰੀਫ ਵਾਲੇ ਦਿਨ ਥੋੜਾ ਜਿਹਾ ਸਮਾਂ ਕੱਢ ਕੇ 5-10 ਮਿੰਟ ਕੱਢ ਕੇ ਉਹਨਾਂ ਦੇ ਚਰਨਾਂ ਵਿੱਚ ਹਾਜ਼ਰੀ ਜ਼ਰੂਰ ਭਰੋ ਇਹ 11ਵੀਂ ਸ਼ਰੀਫ ਪੰਜ ਤਨ پاک ਗੋਸਪਾਕ ਸਰਕਾਰ ਔਰ ਤੁਹਾਡੇ ਪੀਰਾਂ ਫਕੀਰਾਂ ਨਾਲ ਜੁੜਦੀ ਹੈ 5 ਜਨਵਰੀ ਨੂੰ ਇੱਕ 11ਵੀਂ ਸ਼ਰੀਫ ਹੈ ਔਰ ਇੱਕ ਵੀਰਵਾਰ ਹੈ ਔਰ ਇੱਕ ਨਵੇਂ ਸਾਲ ਦਾ ਇਹ ਪਹਿਲਾ ਹਫਤਾ ਹੈ ਇਹ ਪੂਰੇ ਸਾਲ ਦੀ ਜੋ 2023 ਨਵਾਂ ਸਾਲ ਚੜਨਾ ਹੈ ਉਸ ਦੀ ਪਹਿਲੀ 11ਵੀਂ ਹੈ ਇਸ ਦਿਨ ਥੋੜੀ ਤੁਸੀਂ ਥੋੜੀ ਜੀ ਨਿਆਜ਼ ਬਣਾ ਲਓ ਥੋੜੀ ਜੀ ਖੀਰ ਬਣਾ ਲਓ ਜੇਕਰ ਨਿਆਜ਼ ਨਹੀਂ ਬਣਾ ਸਕਦੇ ਖੀਰ ਬਣਾ ਲਓ ਜੇਕਰ ਥੋੜੀ ਜੀ ਖੀਰ ਨਹੀਂ ਬਣਾ ਸਕਦੇ ਤਾਂ ਥੋੜੀ ਜੀ ਖੰਡ ਆਪਣੇ ਕੋਲ ਰੱਖ ਲਓ ਜੇਕਰ ਖੰਡ ਨਹੀਂ ਹੈ ਗੁੜ ਰੱਖ ਲਓ ਗੁੜ ਨਹੀਂ ਹੈ ਸ਼ੱਕਰ ਰੱਖ ਲਓ ਜਾਂ ਫਿਰ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਫਰੂਟ ਰੱਖ ਲਓ ਫਲ ਫਰੂਟ ਰੱਖ ਕੇ ਆਪਣੇ ਪੀਰਾਂ ਫਕੀਰਾਂ ਨੂੰ ਯਾਦ ਕਰੋ 11ਵੀਂ ਵਾਲੀ ਸੱਚੀ ਸਰਕਾਰ ਪੰਜ ਤਨ ਪਾਕ ਦੇ ਪਾਕ ਕਰਾਣੇ ਨੂੰ ਯਾਦ ਕਰੋ ਔਰ ਉਹਨਾਂ ਦਾ ਜੋ ਭੋਗ ਪ੍ਰਸਾਦ ਹੈ ਉਹ ਦਿਓ ਉਹਨਾਂ ਨੂੰ ਯਾਦ ਕਰੋ ਆਪਣੀ ਹਾਜ਼ਰੀ ਕਰੋ ਖਤਮ ਕਿਸੇ ਵੀ ਚੀਜ਼ ਦਾ ਤੁਸੀਂ ਦੇ ਸਕਦੇ ਹੋ ਕਿਸੇ ਵੀ ਚੀਜ਼ ਦਾ ਜੋ ਵੀ ਤੁਹਾਡੇ ਕੋਲ ਮਿੱਠੀ ਚੀਜ਼ ਹੈ ਖੰਡ ਹੈ ਸ਼ੱਕਰ ਹੈ ਗੁੜ ਹੈ ਨਿਆਜ਼ ਬਣਾ ਸਕਦੇ ਹੋ ਥੋੜੀ ਜੀ ਉਹ ਬਣਾ ਲਓ ਆਪਣੇ ਪੀਰਾਂ ਫਕੀਰਾਂ ਨੂੰ ਯਾਦ ਕਰੋ 11ਵੇਂ ਸ਼ਰੀਫ ਦਾ ਖਤਮ ਦਿਵਾਓ ਉਹਨਾਂ ਨੂੰ ਯਾਦ ਕਰਕੇ ਹਾਜ਼ਰੀ ਭਰੋ ਔਰ ਨਵੇਂ ਸਾਲ ਦੀਆਂ ਵੀ ਦੁਆ ਮਾਰਦਾਸਾਂ ਕਰੋ ਆਪਣੇ ਪੀਰ ਪਾਤਸ਼ਾਹ ਅੱਗੇ ਕਿ ਉਣ ਵਾਲਾ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਸੋ ਇੱਕ ਵਾਰ ਫਿਰ ਦੱਸ ਦਿੰਨੇ ਹਾਂ 5 ਜਨਵਰੀ ਉਣ ਵਾਲੀ 5 ਤਰੀਕ ਦਿਨ ਵੀਰਵਾਰ 11ਵੇਂ شریفਾਂ ਦਾ ਪੀਰਾਂ ਫਕੀਰਾਂ ਦਾ ਇਹ ਪਾਕ ਪਵਿੱਤਰ ਦਿਹਾੜਾ ਹੈ ਸੋ ਮਿਲਾਂਗੇ ਦੋਸਤੋ ਅਗਲੀ ਵੀਡੀਓ ਵਿੱਚ ਆਪ ਸਭ ਨੂੰ ਸਲਾਮ